ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀ ਆਰ ਫੋਰਚੁਨੇਟ, ਵੀ ਆਰ ਸਿਟਿੰਗ ਚਰਨ ਚਰਨ ਆਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਵੀ ਆਰ ਲੱਕੀ ਦੈਟ ਵੀ ਆਰ ਸਿਟਿੰਗ ਐਜ਼ ਅ ਸੰਗਤ ਰੂਪ। ਗੁਰਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ, ਵੀ ਰੀਡ ਇਨ ਗੁਰਬਾਣੀ, ਸੱਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਾ ਠਰਿਆ। ਸੋ ਮਹਾਰਾਜ ਸੇਜ਼ ਵੈਨ ਵੀ ਕਮ ਇਨ ਸੰਗਤ, ਸੱਤ ਸੰਗਤ, ਈਵਨ ਦ ਡਰਾਈ ਵਨਸ ਬਿਕਮ ਗ੍ਰੀਨ, ਵੀ ਨੀਡ ਟੂ ਅੰਡਰਸਟੈਂਡ ਦ ਪਰਪਸ ਆਫ ਆਰ ਲਾਈਫ। ਵੀ ਈਟ, ਵੀ ਸਲੀਪ, ਵੀ ਡੂ ਆਰ ਡੇਲੀ ਵਰਕ, ਬਟ ਇਜ਼ ਦਿਸ ਆਰ ਲਾਈਫ? ਇਜ਼ ਦਿਸ ਦ ਪਰਪਸ ਆਫ ਆਰ ਲਾਈਫ? ਬਾਰ ਬਾਰ ਗੁਰਬਾਣੀ ਦੇ ਵਿੱਚ ਮਹਾਰਾਜ ਸਾਨੂੰ ਸਮਝਾਉਂਦੇ ਆ, ਕਹਿੰਦੇ ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿੰਦੇ ਜਦੋਂ ਤੂੰ, ਤੈਨੂੰ ਇਸ ਦੁਨੀਆਂ ਦੇ ਵਿੱਚ ਭੇਜਿਆ, ਆਈ ਸੈਂਟ ਯੂ ਔਨ ਦਿਸ ਇਨ ਦਿਸ ਵਰਲਡ, ਤੈਨੂੰ ਇਹ ਦੇਹ ਮਿਲੀ ਹੈ, the body which you got, is it only to earn money? Is it only to have cars? Is it only to have kids? Is it only to get stuck in attachment? Aisa nu samajhna payega ki assi hage kaun aa, eh sharir milya kinnu hai, who has got this body? Eh sharir kinnu milya, kyunki jadon assi padhde ha pai prapat ਮਾਨੁਖ ਦਿਹਰੀਆ, ਕਿਸ ਚੀਜ਼ ਨੂੰ ਮਾਨੁੱਖ ਕਿਹਾ, ਮਾਨੁੱਖ ਕੌਣ ਹੈ? ਇਹ ਮਨ ਨੂੰ ਇਹ ਸਰੀਰ ਮਿਲਿਆ, ਅਤੇ ਮਨ ਜਿਹੜਾ ਵੈ 84 ਲੱਖ ਜੂਨਾਂ ਦੇ ਵਿੱਚੋਂ ਆਇਆ। ਵੀ ਸਟਿਲ ਸੀ, ਵੀ ਹੈਵ, ਵੀ ਸੀ ਡੋਗਸ, ਵੀ ਸੀ ਅਦਰ ਐਨੀਮਲਸ, ਵੀ ਸੀ ਬਰਡਸ ਐਂਡ ਪੈਟਸ ਇਨ ਇਨ ਅਮੈਰੀਕਾ, ਡੋਗਸ ਆਰ ਟੇਕ ਵੈਲ ਵੈਲ ਟੇਕਨ ਕੇਅਰ ਆਫ, ਲੇਕਿਨ ਆਪਾਂ ਇੰਡੀਆ ਦੇ ਵਿੱਚ ਵੇਖੀਏ, ਦ ਸਟ੍ਰੇ ਡੋਗਸ ਔਨ ਦ ਸਟਰੀਟ ਐਂਡ ਆਲ, how they are being treated, or other animals. Agar kise da love vag gaya, if the blood is oozing out of the body, nobody is taking care of that. Sanu pata lagna chahida bhi sanu eh jehdi deh mili hai, shareer milya hai, oda koi purpose hai, and the purpose of life is to meet Vaheguru. Hun assi apne andar chaati marni hai ke assi eh purpose nu achieve karan vaste ki karde hain. What are we doing to achieve the purpose of our life? Ki assi sara kuch apne sharir vaste kar rahe hain? Ki assi sara kuch apne kutumb, apni family, onu palan poshan vaste kar rahe hain? Are we doing everything for our family? Are we doing everything for our body? The Kabir sahib ne kaha tha, kende Kabir har ka simran chhad ke ਪਾਲਿਓ ਬਹੁਤ ਕੁਟੰਬ। ਕਹਿੰਦੇ ਤੂੰ ਹਰੀ ਦਾ ਸਿਮਰਨ ਛੱਡ ਕੇ, ਹਰੀ ਨੂੰ ਯਾਦ ਕਰਨ ਨੂੰ ਛੱਡ ਕੇ, ਤੂੰ ਆਪਣਾ ਕੁਟੰਬ, ਆਪਣੀ ਫੈਮਿਲੀ ਨੂੰ ਪਾਲਦਾ ਪਿਆ। ਯੂ ਆਰ ਜਸਟ ਟੇਕਿੰਗ ਕੇਅਰ ਆਫ ਯੂਅਰ ਫੈਮਿਲੀ, ਯੂਅਰ ਨੀਅਰਸ ਐਂਡ ਡੀਅਰ ਵਾਂਸ, ਐਂਡ ਯੂ ਆਰ ਫੋਰਗੈਟਨ ਅਬਾਊਟ ਦ ਸਿਮਰਨ, ਦ ਪ੍ਰੇਜ਼ਿਸ ਆਫ ਵਾਹਿਗੁਰੂ। ਐਂਡ ਉਹਦਾ ਰੀਜ਼ਨ ਕੀ ਹੈ? ਵੀ ਨੀਡ ਟੂ ਆਸਕ, ਵਟ ਇਜ਼ ਦ ਰੀਜ਼ਨ ਵਾਈ ਆਰ ਮਾਈਂਡ is more attracted towards movies, toward our responsibilities, which we say responsibilities but we overdo. Lekin sada mann jehda hai oh gurbani guru wal tan shri guru granth sahib ji da message leke simran kyon nahi karda? And gurbani de vich sanu eh clear kar ditta gaya, it's clear in the gurbani why our mind is wandering. Maharaj kehnde hai panch chor ਚਿੱਤਵੇ ਵਿਕਾਰਾ ਮਾਇਆ ਮੋਕਾ ਇਹ ਪਸਾਰਾ। ਕਹਿੰਦੇ ਤੇਰੇ ਜਿਹੜੇ ਮਨ ਦੇ ਵਿੱਚ ਪੰਜ ਚੋਰ ਹੈਗੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਲਸਟ, ਗਰੀਡ, ਐਂਗਰ, ਈਗੋ, ਅਟੈਚਮੈਂਟ, ਐਂਡ ਦੇ ਆਰ ਨੋਟ ਲੈਟਿੰਗ ਯੂ ਰਿਮੈਂਬਰਿੰਗ ਵਾਹਿਗੁਰੂ, ਦੇ ਆਰ ਨੋਟ ਲੈਟਿੰਗ ਯੂ ਟੂ ਚੈਂਟ ਵਾਹਿਗੁਰੂਜ਼ ਨੇਮ। ਅਤੇ ਨਾਮ ਵੀ ਅਗਰ ਅਸੀਂ ਜਪਦੇ ਹਾਂ, even when we are chanting the name, our mind is still wandering in different thoughts, tavi sada mann jehda japda nahi hunda, tavi sada mann jehda
ਉਹ ਚੈਂਟ ਨਹੀਂ ਕਰ ਰਿਹਾ ਹੁੰਦਾ। ਜੀਬਾ ਤੋਂ ਤਾਂ ਆਪਾਂ ਚੈਂਟ ਕਰ ਰਹੇ ਹਾਂ, ਵੀ ਆਰ ਚੈਂਟਿੰਗ ਫਰੋਮ ਦ ਟੰਗ, ਬਟ ਆਰ ਮਾਇੰਡ ਇਜ਼ ਸਟਿਲ ਵਾਂਡਰਿੰਗ। ਅਤੇ ਗੁਰਬਾਣੀ ਗੁਰੂ ਦੇ ਵਿੱਚ ਮਾਲਕ ਨੇ ਕਹਿ ਦਿੱਤਾ, ਕਹਿੰਦੇ ਮਨਮੁੱਖ ਹਰ ਹਰ ਕਰ ਥਕੇ ਮੈਲ ਨਾ ਸਕੇ ਤੋਏ। ਕਹਿੰਦੇ ਜਿਹੜੇ ਮਨਮੁੱਖ ਨੇ, ਦ ਪੀਪਲ ਹੂ ਗੋ ਬਿਹਾਈਂਡ ਦੇਅਰ ਮਾਇੰਡ, ਦੇ ਆਰ ਜਸਟ ਚੈਂਟਿੰਗ ਬਟ ਦੇ ਆਰ ਨੋਟ ਏਬਲ ਟੂ ਕਲੀਨ ਦਿਸ ਮਾਇੰਡ, ਦੇ ਆਰ ਨੋਟ ਏਬਲ ਟੂ ਕਲੈਂਸ ਦਿਸ ਮਾਇੰਡ ਫੋਰ ਦ ਫਰੋਮ ਦ ਫਿਲਥ ਆਫ ਦੀਸ ਥੋਟਸ। ਜਿਹੜੇ ਇਹ ਪੰਜ ਚੋਰ, ਪੰਜ ਦੂਤ ਜਿਹੜੇ ਸਾਨੂੰ ਇਹ ਥੋਟਸ ਦਿੰਦੇ ਨੇ, ਡਿਫਰੈਂਟ ਥੋਟਸ ਜਿਹੜੇ ਸਾਨੂੰ ਦਿੰਦੇ ਆ, ਸਾਨੂੰ ਕੋਈ ਆਪਣੇ ਬੱਚੇ ਦੀ ਫਿਕਰ ਹੈ, ਆਪਣੀ ਜੋਬ ਦੀ ਫਿਕਰ ਹੈ, ਕੋਈ ਘਰ ਬਿਮਾਰ ਹੈ, ਸਾਨੂੰ ਕੋਈ ਹੋਰ ਫਿਕਰ ਹੈ, ਵੀ ਆਰ ਆਲਵੇਜ਼ ਵਰਿਡ ਅਬਾਊਟ ਥਿੰਗਸ। ਅਤੇ ਜਦੋਂ ਅਸੀਂ ਕਹਿੰਦੇ ਹਾਂ ਵੀ ਵਾਂਟ ਟੂ ਰਿਲੈਕਸ, ਅਸੀਂ ਕਹਿੰਦੇ ਆਪਾਂ ਰਿਲੈਕਸ ਕਿਸ ਤਰ੍ਹਾਂ ਹੋਣਾ, ਵੀ ਵਾਂਟ ਟੂ ਵਾਚ ਅ ਮੂਵੀ, ਅਤੇ ਫਿਰ ਵੀ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਮੂਵੀ ਵਾਚ ਕਰ ਰਹੇ ਹਾਂ। ਜਦੋਂ ਅਸੀਂ ਦੁਨਿਆਵੀ ਮੂਵੀਜ਼ ਵੇਖਦੇ ਹਾਂ, ਵਰਲਡਲੀ ਸਟੱਫ ਦੇਖਦੇ ਹਾਂ, ਗਾਣੇ ਗੁਣੇ ਸੁਣਦੇ ਹਾਂ, ਅਗੇਨ ਸਾਡਾ ਮਨ ਮਾਇੰਡ ਇਜ਼ ਸਟਿਲ ਟਰੈਪਡ ਇਨ ਪੰਜ ਬਾਏ ਪੰਜ ਦੂਤ। ਅਗੇਨ ਮਾਇੰਡ ਇਜ਼ ਆਰ ਮਾਇੰਡ ਇਜ਼ ਟੇਕਨ ਅਵੇ ਫਰੋਮ ਦ ਫਾਈਵ ਦੂ ਫਰੋਮ ਦ ਵਾਹਿਗੁਰੂ ਐਂਡ ਫਾਈਵ ਦੂਤਸ ਆਰ ਟਰੈਪਿੰਗ ਦਿਸ ਮਾਇੰਡ। ਹੁਣ ਇਹ ਮਨ ਨੂੰ ਇਸ ਸ਼ਿਕੰਜੇ ਦੇ ਵਿੱਚੋਂ ਕਿਸ ਤਰ੍ਹਾਂ ਆਪਾਂ ਛੁਡਾਉਣਾ, ਕਿਸ ਤਰ੍ਹਾਂ ਅਸੀਂ ਮਨਮੁੱਖ ਤੋਂ ਗੁਰਮੁਖ ਬਣਨਾ, ਹਾਊ ਕੈਨ ਵੀ ਬਿਕਮ ਅ ਗੁਰਮੁਖ, ਬਾਏ ਬ੍ਰੇਕਿੰਗ ਦ ਸ਼ੈਕਲਸ ਆਫ ਦੀਸ ਪੰਜ ਦੂਤ ਫਾਈਵ ਥੀਵਸ। ਉਹਦੇ ਵਾਸਤੇ ਪਹਿਲਾਂ ਤਾਂ ਆਪਣੇ ਆਪ ਨੂੰ ਸੁਰੰਡਰ ਕਰਨਾ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਅੱਗੇ, ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਨੀ ਹੁੰਦੀ ਹੈ। ਦ ਫਸਟ ਥਿੰਗ ਵਟ ਵੀ ਨੀਡ ਟੂ ਡੂ ਇਜ਼ ਵੀ ਨੀਡ ਟੂ ਸਰੈਂਡਰ ਆਰ ਸੈਲਫ ਐਂਡ ਟੈਲ ਵਾਹਿਗੁਰੂ ਇਟਸ ਨੋਟ ਇਨ ਮਾਈ ਕੰਟਰੋਲ, ਮਾਈ ਮਾਇੰਡ ਇਜ਼ ਨੋਟ ਇਨ ਮਾਈ ਕੰਟਰੋਲ। ਵੈਨ ਐਵਰ ਵੀ ਗੋ ਟੂ ਅ ਡਾਕਟਰ, ਵੀ ਟੈਲ ਆਰ ਪ੍ਰੋਬਲਮ ਟੂ ਦ ਡਾਕਟਰ, ਤਾਂ ਹੀ ਉਹ ਡਾਕਟਰ ਸਾਨੂੰ ਉਹਦੀ ਦਵਾਈ ਦਿੰਦਾ। ਜਦੋਂ ਵੀ ਅਸੀਂ ਡਾਕਟਰ ਕੋਲ ਜਾਂਦੇ ਹਾਂ, ਕੋਈ ਸਰੀਰਕ ਸਾਨੂੰ ਰੋਗ ਲੱਗਾ ਹੁੰਦਾ, ਅਤੇ ਉਹਨੂੰ ਆਪਾਂ ਆਪਣੀ ਬਿਮਾਰੀ ਦਾ ਦੱਸਦੇ ਹਾਂ, ਵੀ ਟੈਲ ਦ ਡਾਕਟਰ ਕਿ ਹਾਂ ਮੈਨੂੰ ਬੁਖਾਰ ਹੈ, ਖਾਂਸੀ ਹੈ, ਜ਼ੁਕਾਮ ਹੈ, ਫਲੂ ਹੈ, ਕੋਈ ਕੋਈ ਚੀਜ਼ ਹੈ, ਫਿਰ ਹੀ ਸਾਨੂੰ ਡਾਕਟਰ ਜਿਹੜਾ ਉਹਦੀ ਦਵਾਈ ਦਿੰਦਾ। ਅਤੇ ਇੱਥੇ ਵੀ ਮੇਰਾ ਬੈਦ ਗੁਰੂ ਗੋਬਿੰਦ ਦਾ, ਇਹਦੇ ਕੋਲ ਆ ਕੇ ਵੀ, ਵਾਹਿਗੁਰੂ ਕੋਲ ਆ ਕੇ ਵੀ, ਗੁਰਦੁਆਰਾ ਸਾਹਿਬ ਵੀ ਆ ਕੇ, ਈਵਨ ਘਰ ਵੀ ਜਦੋਂ ਤੁਸੀਂ ਬੈਠੇ ਹੋ, ਤੁਸੀਂ ਅਰਦਾਸ ਕਰਨੀ ਹੁੰਦੀ ਹੈ, ਬੇਨਤੀ ਕਰਨੀ ਹੁੰਦੀ ਹੈ, ਵੀ ਹੈਵ ਟੂ ਪ੍ਰੇ ਇਨ ਫਰੰਟ ਆਫ ਵਾਹਿਗੁਰੂ ਦੈਟ ਆਈ ਕਾਂਟ ਡੂ ਐਨੀਥਿੰਗ, ਮਾਈ ਮਾਇੰਡ ਇਜ਼ ਟਰੈਪਡ ਬਾਏ ਦੀਸ ਪੰਜ ਦੂਤ, ਇਹ ਪੰਜ ਚੋਰਾਂ ਨੇ ਮੇਰਾ ਮਨ ਜਿਹੜਾ ਫੜਿਆ ਹੋਇਆ, ਮੈਂ ਇਹਨਾਂ ਕੋਲੋਂ ਛੁਡਵਾ ਨਹੀਂ ਸਕਦਾ। ਕਦੀ ਇਹ ਮੈਨੂੰ ਬੱਚਿਆਂ ਦੀ ਫਿਕਰ ਲਾ ਦਿੰਦੇ ਹੈ, ਕਦੀ ਇਹ ਮੈਨੂੰ ਨੌਕਰੀ ਦੀ ਫਿਕਰ ਲਾ ਦਿੰਦੇ ਹੈ, ਕਦੀ ਇਹ ਮੈਨੂੰ ਖਾਣ ਪੀਣ ਦੀ ਫਿਕਰ ਲਾ ਦਿੰਦੇ ਹੈ, ਹੋਰ ਸਾਰਾ ਕੁਛ, ਕਿ ਮੈਂ ਲੋਕਾਂ ਅੱਗੇ ਮਾਸਕ ਪਾ ਕੇ ਰੱਖਦਾ, ਦੈਟ ਆਈ ਐਮ ਪੁਟਿੰਗ ਅ ਮਾਸਕ ਇਨ ਫਰੰਟ ਆਫ ਦ ਪੀਪਲ, ਵਟ ਆਈ ਐਮ ਨੋਟ ਮਾਈ ਰੀਅਲ ਸੈਲਫ ਇਨ ਫਰੰਟ ਆਫ ਪੀਪਲ। ਮੇਰੇ ਮਨ ਦੇ ਵਿੱਚ ਥੋਟਸ ਕੁਛ ਹੋਰ ਚੱਲਦੇ ਹੁੰਦੇ ਹੈ, ਲੋਕਾਂ ਅੱਗੇ ਮੈਂ ਕੁਛ ਹੋਰ ਦਿਖਾਉਂਦਾ, ਮੈਂ ਗੁਰਦੁਆਰੇ ਆ ਕੇ ਆਈ ਬਿਹੇਵ ਇਨ ਅ ਡਿਫਰੈਂਟ ਵੇ, ਬਟ ਵੈਨ ਆਈ ਐਮ ਸਿਟਿੰਗ ਇਨ ਅ ਪਾਰਟੀ ਔਰ ਵੈਨ ਵੀ ਆਈ ਐਮ ਗੋਇੰਗ ਇਨ ਅ ਪਾਰਟੀ, ਆਈ ਬਿਹੇਵ ਇਨ ਅ ਡਿਫਰੈਂਟ ਵੇ। ਇਹ ਅਸੀਂ ਆਪਣੇ ਆਪ ਨੂੰ ਪੁੱਛਣਾ, ਇਜ਼ ਦਿਸ ਡੁਐਲਿਟੀ, ਦੋਗਲਾ ਪੰਜ ਨੂੰ ਕਹਿੰਦੇ ਹਾਂ, ਇਜ਼ ਦਿਸ ਵਟ ਵੀ ਆਰ? ਨੋ, ਵੀ ਆਰ ਨਾਟ ਦਿਸ ਡੁਐਲਿਟੀ, ਵੀ ਆਰ ਬੀਂਗ ਟਰੈਪਡ ਬਾਏ ਦੀਸ ਫਾਈਵ ਥੀਵਸ, ਵਟ ਐਵਰ ਆਰ ਥੋਟਸ ਆਰ ਕਮਿੰਗ, ਦੈਟਸ ਵੇਅਰ ਵੀ ਆਰ ਗੋਇੰਗ। ਹੁਣ ਕੁਸ਼ਚਨ ਹੈ ਕਿ ਅਗਰ ਇਸ ਤਰ੍ਹਾਂ ਹੀ ਮੇਰੀ ਸਾਰੀ ਜ਼ਿੰਦਗੀ ਨਿਕਲ ਗਈ, ਇਫ ਆਈ ਸਪੈਂਡ ਆਲ ਮਾਈ ਲਾਈਫ ਇਨ ਦੀਸ ਥੋਟਸ, ਵੇਅਰ ਵੁੱਡ ਆਈ ਐਂਡ ਅਪ? ਅਤੇ ਮਹਾਰਾਜ ਨੇ ਗੁਰਬਾਣੀ ਸਾਨੂੰ ਦੱਸਤਾ, ਕਹਿੰਦੇ ਅਗਰ ਤੂੰ ਆਪਣਾ ਵਿਚਾਰ ਨਹੀਂ ਮਾਰਦਾ, ਤਾਂ ਤੂੰ ਪੁੱਠੀਆਂ ਜੂਨਾਂ ਦੇ ਵਿੱਚ, ਉਲਟ ਜੂਨੀਆਂ ਦੇ ਵਿੱਚ, 84 ਲੱਖ ਜੂਨ ਦੇ ਵਿੱਚ ਆਏਗਾ ਮੁੜ ਕੇ। ਕਹਿੰਦੇ ਵਿਚਾਰ ਮਾਰੇ ਤਰੇ ਤਾਰੇ, ਉਲਟ ਜੂਨ ਨਾ ਆਵੇ। ਕਹਿੰਦੇ ਅਗਰ ਤੂੰ ਵਿਚਾਰ ਮਾਰ ਲਏਗਾ, ਤਾਂ ਤੂੰ 84 ਲੱਖ ਜੂਨ ਦੇ ਵਿੱਚ ਨਹੀਂ ਆਏਗਾ, ਅਤੇ ਅਗਰ ਤੂੰ ਆਪਣੇ ਵਿਚਾਰ ਹੈ ਨਹੀਂ ਮਾਰੇ, ਤਾਂ ਤੂੰ ਪੁੱਠੀਆਂ ਜੂਨਾਂ ਦੇ ਵਿੱਚ ਆਏਗਾ। ਹੁਣ ਅਸੀਂ, ਸਾਨੂੰ ਪਤਾ ਲੱਗ ਗਿਆ ਸਾਡਾ ਜਿਹੜਾ ਮਨ ਹੈ, ਨਾਓ ਵੀ ਨੋ ਦੈਟ ਆਰ ਮਾਇੰਡ ਇਜ਼ ਸਲੀਪਿੰਗ ਇਨ ਦੀਸ ਥੋਟਸ, ਐਂਡ ਇਫ ਯੂ ਆਰ ਨੋਟ ਗੋਇੰਗ ਟੂ ਕਿਲ ਦੀਸ ਥੋਟਸ, ਵੀ ਆਰ ਗੋਇੰਗ ਟੂ ਬੀ ਇਨ 8.4 million ਜੂਨਸ। ਨਾਓ ਦ ਕੁਸ਼ਚਨ ਇਜ਼ ਹਾਊ ਟੂ ਵੇਕ ਅਪ ਦਿਸ ਮਾਇੰਡ।
Again, we do Ardas Binti, we do pray in front of Tan Shri Guru Granth Sahib Ji Maharaj and ask him, show me the path. Manu rasta vakhao. Mere vasch kuch nahi hai. I can't do anything on my own. Show me the path. Te Maharaj sanu ki kende hai? Kende simmer, simmer, simmer guru apna. Tin wari simmer aanda hai. Simmer guru apna soya man jagai. Kende jada tera man hai jada. The mind which is sleeping in the trap of these five thieves, panj duta ne jada tera man suwa ke rakhya hoya hai. Anu jaga. Kis tarah jagayega? Simran karke. Hun badi wari assi vekhde haan. Koi vaheguru 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 kar rahe hai, koi vaheguru kar rahe hai, koi vaheguru kar rahe hai, koi kise hor tarike de naal kar rahe hai. People are chanting apne aap hi apne man di jis tarah di buddhi hai us tarah apna chant kar rahe hain. Lekin jadon we have to ask, aise piche Maharaj ne kehta kende manmukh har har kar thake mail na saki toye. Kende manmukh apne man di jo man kehnda vai apne tarike de naal hi naam japi jande pe hai. Fir baad jo kende main naam japda mainu te koi farak nahi penda, that I chant so much lekin mainu te koi farak nahi penda, main ghanta lanna, ded ghante lanna, do ghante lanna, mainu farak nahi penda. But your mind was not present when you were chanting. Te kis tarah simran karna hai oh vi Guru Granth Sahib Ji to puchna hai. Si kende jo saas giras tyave mera har har so gur sikh guru man paave. Kende saas giras di vidhi sikh lai. And then you chant, taan tu apne man nu dho sakda hai, taan tu apne vichar maar sakda hai. Then only you can kill your thoughts if you will do saas giras simran. Hun saas giras Maharaj ne likhta, saas giras di vidhi ki hai Japji Sahib de vich hi Maharaj ne sanu dasta. Kende gaaviye suniye man rakhiye pao, chant from your tongue, listen from your ears with love. Ode naal ki hoega? Your mind is either on the tongue or your mind is either in the ears. The moment your mind is going behind the thoughts, bring your mind back. Make sure your mind is in the ears and listening to your own voice. Apni awaaz nu sun rahe hai. Aise piche kaiyan da question aa janda hai, main apni akhaan de samne ki leke aana hai, main apna dhyan kithe rakhna hai, main kehdi cheez vekhni hai, what should I see, what should I think about. No, Maharaj says tun mein dhyan, dhyan mein janya gurmukh kath kahani. Jinnu tu milna chahunda hai, the one you want to meet, he is formless, he doesn't have a form, ਉਹਦਾ ਕੋਈ ਆਕਾਰ ਨਹੀਂ. ਤੇ ਅਗਰ ਤੂੰ ਆਕਾਰ ਆਪਣੇ ਸਾਹਮਣੇ ਲੈ ਕੇ ਆ ਰਿਹਾ ਹੈ, ਫੋਟੋਆਂ ਆਪਣੇ ਅੱਗੇ ਲੈ ਕੇ ਆ ਰਿਹਾ ਹੈ, ਤੇ ਤੂੰ ਕਿੱਦਾਂ ਜਾਏਗਾ? ਤੂੰ ਫੋਟੋਆਂ ਦੇ ਵਿੱਚ ਫਸ ਜਾਏਗਾ. ਐਸੇ ਪਿੱਛੇ ਅਸੀਂ ਦੇਖਦੇ ਹਾਂ, ਵੀ ਸੀ ਇਨ ਓਲਡ ਟਾਈਮਸ ਪੀਪਲ ਯੂਸ ਟੂ ਵਰਸ਼ਿਪ ਐਨੀਮਲਸ, ਪੀਪਲ ਯੂਸ ਟੂ ਵਰਸ਼ਿਪ ਦ ਹਿਊਮਨ ਬੋਡੀਜ਼. ਐਸੇ ਪਿੱਛੇ ਵੀ ਆਰ ਸੋ ਲੱਕੀ, ਇੰਨੇ ਲੱਕੀ ਹਾਂ, ਵੀ ਆਰ ਸੋ ਫੋਰਚੂਨੇਟ ਦੈਟ ਆਰ 10 ਗੁਰੂ ਸਾਹਿਬਾਨ they didn't let anybody make their picture. Guru Gobind Singh Ji said, tu Guru Granth Sahib Ji de lad lag ja, shabad guru de lad lad ja. Kyon? Te assi taan vi nahi hatde, assi taan vi apne gharan de vich photoaan la lenne aan guru sahibana di. Oh, photoaan kinne banaiyan? Who has made those pictures? People like you and me. How can I make a picture of Vaheguru? Vaheguru has made me. How can I make a picture of Vaheguru? How can I make a picture of Guru Sahiban? Aise piche assi baar baar gurbani de lad lagna hai, shabad guru nu puchna hai, te guru sahib sanu dobara dobara dasde paye hai, kende tun mein dhyan, dhyan mein janya gurmukh kath kahani. Tun de vich listen to your own voice when you are doing the simran. Sarvani suniye rasna ਗਾਈਏ ਹਿਰਦੇ ਤੇ ਆਈਏ ਸੋਈ. ਪਿਆਰ ਦੇ ਨਾਲ ਤੂੰ ਆਪਣੀ ਆਵਾਜ਼ ਨੂੰ ਆਪ ਸੁਣ. ਦੈਟ ਇਜ਼ ਦ ਟੈਕਨੀਕ ਵਿੱਚ ਯੂ ਨੀਡ ਟੂ ਅੰਡਰਸਟੈਂਡ. ਵਾਹ ਕਹਿਣਾ
ਵਾਹਿ ਕਹਿਣਾ ਜਾਂ ਵਾਹ ਕਹਿਣਾ, ਆਪਣੇ ਕੰਨਾਂ ਨਾਲ ਸੁਣਨਾ, ਗੁਰੂ ਕਹਿਣਾ ਆਪਣੇ ਕੰਨਾਂ ਨਾਲ ਸੁਣਨਾ. ਯੂ ਚੈਂਟ ਵਾਹ ਵਾਹੇ, ਲਿਸਨ ਵਿਦ ਯੋਰ ਈਅਰਸ, ਚੈਂਟ ਗੁਰੂ, ਲਿਸਨ ਵਿਦ ਯੋਰ ਈਅਰਸ. ਇਹ ਸਾਸ ਗਿਰਾ ਸਿਮਰਨ ਦੀ ਟੈਕਨੀਕ ਹੈ. ਅਤੇ ਉੱਚੀ ਆਵਾਜ਼ ਦੇ ਵਿੱਚ ਜਦੋਂ ਆਪਾਂ ਸੰਗਤ 'ਚ ਆਉਂਦੇ ਹਾਂ, ਅਸੀਂ ਉੱਚੀ ਆਵਾਜ਼ ਦੇ ਵਿੱਚ ਸਿਮਰਨ ਕਰਨਾ ਹੁੰਦਾ, ਲੋਕ ਲੱਜਾ ਛੱਡਣੀ ਹੁੰਦੀ ਹੈ. ਵੀ ਹੈਵ ਟੂ ਸਟੋਪ ਥਿੰਕਿੰਗ ਅਬਾਊਟ ਵਟ ਅਦਰ ਪੀਪਲ ਵਿਲ ਥਿੰਕ ਅਬਾਊਟ ਮੀ. ਵੀ ਜਸਟ ਹੈਵ ਟੂ ਕੰਸਨਟਰੇਟ ਔਨ ਆਰ ਓਨ ਵੋਇਸ. ਕਿਸੇ ਨੇ ਸਾਡੇ ਨਾਲ ਨਹੀਂ ਜਾਣਾ. ਵੀ ਡੋਂਟ ਨੋ ਕਿ ਅਗਲਾ ਪਲ ਵੀ ਅਸੀਂ ਦੇਖਣਾ ਕਿ ਨਹੀਂ ਦੇਖਣਾ. ਇਸ ਪਿੱਛੇ ਮਹਾਰਾਜ ਕਹਿੰਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ. ਡੋਂਟ ਵੇਸਟ ਈਵਨ ਅ ਸਿੰਗਲ ਬ੍ਰੈਥ, ਕੀਪ ਔਨ ਚੈਂਟਿੰਗ ਵਿਦ ਅ ਟੈਕਨੀਕ. ਸਾਸ ਗਿਰਾ ਸਿਮਰਨ, ਜੋ ਗੁਰੂ ਗ੍ਰੰਥ ਸਾਹਿਬ ਜੀ ਟੈਕਨੀਕ ਸਾਨੂੰ ਦੱਸਦੇ ਆ, ਜੋ ਸਾਸ ਗਿਰਾਸ ਧਿਆਵੇ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ. ਆਓ ਅਸੀਂ ਕੋਸ਼ਿਸ਼ ਕਰੀਏ. ਅਗੇਨ, ਹਾਊ ਵੀ ਹੈਵ ਟੂ ਡੂ? ਵੀ ਹੈਵ ਟੂ ਸੇ ਵਾਹ, ਲਿਸਨ ਗੁਰੂ, ਲਿਸਨ. ਦੇਰ ਇਜ਼ ਅ ਸਮਾਲ, ਵੈਰੀ ਲਿਟਲ ਗੈਪ ਇਨ ਬਿਟਵੀਨ, ਬਟ ਵਾਈ ਵੀ ਡੂ ਦੈਟ ਗੈਪ? ਸੋ ਦੈਟ ਵੀ ਕੈਨ ਲਿਸਨ, ਸੋ ਦੈਟ ਅਸੀਂ ਆਪਣੀ ਆਵਾਜ਼ ਨੂੰ ਸੁਣ ਸਕੀਏ, ਅਤੇ ਸਾਡੇ ਜਿਹੜੇ ਸਵਾਸ ਹੈ ਉਹ ਬੈਲੈਂਸ ਹੋ ਜਾਣ. ਦਿਸ ਇਜ਼ ਨੋਟ ਅ ਯੋਗਾ, ਦਿਸ ਇਜ਼ ਅ ਟੈਕਨੀਕ ਗਿਵਨ ਬਾਈ ਗੁਰੂ ਗ੍ਰੰਥ ਸਾਹਿਬ ਜੀ. ਸਾਨੂੰ ਆਪਣੇ ਸਵਾਸ ਜਿਹੜੇ ਹੈ, ਦ ਬ੍ਰੈਥ, ਵੀ ਡੋਂਟ ਹੈਵ ਟੂ ਬੈਲੈਂਸ ਔਨ ਆਰ ਓਨ. ਗੁਰੂ ਮੰਤਰ ਸਾਡਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ, ਉਸ ਆਪਣੇ ਆਪ ਸਾਡੇ ਸਵਾਸ ਬੈਲੈਂਸ ਕਰ ਦਿੰਦਾ. ਅਤੇ ਸਵਾਸ ਬੈਲੈਂਸ ਕਰਨ ਵਾਸਤੇ ਅਸੀਂ ਕੀ ਕਰਨਾ ਚਾਹੁੰਦੇ, ਨਾਲ ਜਦੋਂ ਆਪਾਂ ਵਾਹ ਕਹਿਣਾ, ਆਪਣਾ ਪੇਟ ਥੋੜ੍ਹਾ ਜਿਹਾ ਅੰਦਰ ਕਰਨਾ, ਗੁਰੂ ਦੇ ਪੇਟ ਥੋੜ੍ਹਾ ਜਿਹਾ ਬਾਹਰ ਕਰਨਾ. ਆਓ ਜੀ ਆਪਾਂ ਸਾਰੇ ਟਰਾਈ ਕਰੀਏ. ਪਹਿਲਾਂ ਆਪਾਂ ਹੋਲੀ ਕਰਾਂਗੇ. ਐਂਡ ਐਵਰੀ ਬੋਡੀ, ਲੋਕ ਲੱਜਾ ਛੱਡ ਕੇ, ਡੋਂਟ ਵਰੀ ਅਬਾਊਟ ਵਟ ਅਦਰ ਪੀਪਲ ਆਰ ਥਿੰਕਿੰਗ ਅਬਾਊਟ ਯੂ. ਹੋਰ ਕੀ ਕੋਈ ਕਹਿੰਦਾ ਕਿ ਆਹ ਕੀ ਕਰਦਾ ਪਿਆ, ਉਹਦੇ ਬਾਰੇ ਨਾ ਸੋਚੋ. ਕਿਸੇ ਨੇ ਸਾਡੇ ਨਾਲ ਨਹੀਂ ਜਾਣਾ, ਅਸੀਂ ਇਕੱਲਿਆਂ ਹੀ ਜਾਣਾ. ਆਓ ਜੀ, ਵਾਹਿਗੁਰੂ, 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 ਵਾਹਿਗੁਰੂ,
Vaheguru, 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 Vaheguru ji ka khalsa, Vaheguru ji ki fateh. Nit japiye saas giras, nao parvatgar ka. Ik vari dubara apa sun liye ke bhai saas giras jada simran hai. Let me repeat it again, how we need to do saas giras simran. We have to say why and listen. Guru and listen. Sunna bahut important hai. And apa apniya akhaan jidhi hai band kar leni hai. The moment we open our eyes, the panch doots are going to trap us. We are gonna see something, we are gonna see somebody, and we are gonna be trapped by these panch doots. Panch chora ne sanu trap kar lena hai. Maya vakha ke. Anything we see, anything which we can touch, even our body, is a maya. A shareer sab mool hai maya. Physical maya and a subtle maya. Physical maya is anything which see and anything which we can touch, even our body. Subtle maya are thoughts. Sukham maya jinu kende. O sade furne ne. Sade furne, agar asi bolange nahi, agar asi uchi awaz de vich bol ke apne kanna de naal sunange nahi, sada man fer kabu kar lenge. Panch jora da kam hai ਮਨ ਨੂੰ ਕਾਬੂ ਕਰਨਾ ਤੇ ਧਿਆਨ ਕਿੱਥੇ ਰੱਖਣਾ ਆਪਣੇ ਕੰਨਾਂ ਦੇ ਵਿੱਚ ਆਪਣੀ ਆਵਾਜ਼ ਨੂੰ ਸੁਣਨਾ ਜਾਂ ਤੁਹਾਡਾ ਰਸਨਾ ਉੱਤੇ ਈਦਰ ਯੂਰ ਫੋਕਸ ਇਜ਼ ਔਨ ਯੂਰ ਟੰਗ ਵੈਨ ਯੂ ਆਰ ਚੈਂਟਿੰਗ ਔਰ ਯੂ ਆਰ ਲਿਸਨਿੰਗ ਵਿਦ ਯੂਰ ਈਅਰਸ ਨੋਟ ਟੂ ਐਨੀ ਅਦਰ ਥਰਡ ਪਲੇਸ ਧਿਆਨ ਕਿਤੇ ਹੋਰ ਨਹੀਂ ਰੱਖਣਾ ਇਹ ਦੋ ਥਾਵਾਂ ਦੇ ਵਿੱਚ ਤੇ ਆਪਣੇ ਨੇਤਰ ਜਿਹੜੇ ਹੈ ਬੰਦ ਕਰ ਲੈਣੇ ਬਿਕੋਜ਼ ਦਾ ਮੂਵਮੈਂਟ ਯੂ ਵਿਲ ਸਟੋਪ ਚੈਂਟਿੰਗ ਜਦੋਂ ਅਸੀਂ ਬੰਦ ਕਰਤਾ ਸਿਮਰਨ ਕਰਦੇ ਹਾਂ ਦ
That is the same moment the five thieves are going to trap us. Already, ਸਾਡੀ ਜਿਹੜੀ ਸਾਰੀ ਜ਼ਿੰਦਗੀ ਹੈ ਉਹ ਥੋਟਸ ਦੇ ਵਿੱਚ ਨਿਕਲੀ ਹੈ. ਵੀ ਈਵਨ ਡੋਂਟ ਨੋ ਦੈਟ ਦ ਥੋਟਸ ਆਰ ਕਮਿੰਗ. ਜਿਹੜਾ ਸਾਨੂੰ ਥੋਟ ਆਉਂਦਾ ਅਸੀਂ ਉਹਦੇ ਪਿੱਛੇ ਚਲੇ ਜਾਂਦੇ ਹਾਂ. ਈਵਨ ਦਰਬਾਰ ਹਾਲ ਦੇ ਵਿੱਚ ਬੈਠ ਕੇ ਵੀ ਸਾਡਾ ਮਨ ਜਿਹੜਾ ਉਹ ਦਰਬਾਰ ਹਾਲ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੈਸੇਜ ਵਿੱਚ ਨਹੀਂ ਹੁੰਦਾ, ਉਹ ਕਿਤੇ ਹੋਰ ਹੁੰਦਾ. ਵੀ ਆਰ ਥਿੰਕਿੰਗ ਅਬਾਊਟ ਲੰਗਰ, ਵੀ ਆਰ ਥਿੰਕਿੰਗ ਅਬਾਊਟ ਹੋਮ, ਵੀ ਆਰ ਥਿੰਕਿੰਗ ਅਬਾਊਟ ਸਮਥਿੰਗ ਐਲਸ. ਐਸੇ ਪਿੱਛੇ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਪ੍ਰਥਾ ਚਲਾਈ ਸੀਗੀ ਲੰਗਰ ਦੀ, ਉਹ ਕਹਿੰਦੇ ਸੀ ਪਹਿਲੇ ਪੰਗਤ ਫਿਰ ਸੰਗਤ. ਕਹਿੰਦੇ ਤੂੰ ਪਹਿਲੇ ਪੰਗਤ ਕਰ ਲੈ, ਪਹਿਲਾਂ ਆਪਣਾ ਢਿੱਡ ਭਰ ਲੈ, ਫਿਰ ਤੇਰਾ ਤੂੰ ਜਦੋਂ ਉੱਥੇ ਆਏਗਾ ਤੇਰਾ ਧਿਆਨ ਲੱਗੇਗਾ ਸੰਗਤ ਦੇ ਵਿੱਚ. ਐਂਡ ਸੰਗਤ ਇਜ਼ ਸੱਚ ਅ ਬਿਊਟੀਫੁਲ ਪਲੇਸ, ਦੈਟਸ ਵੇਅਰ ਯੂ ਕੈਨ ਯੂ ਰਿਮੂਵ ਯੂਅਰ ਫਿਲਥ ਐਟ ਅ ਵੈਰੀ ਫਾਸਟ ਪੇਸ, ਕਿਉਂਕਿ ਸਾਰੇ ਜਪਦੇ ਪਏ ਟੂਗੈਦਰ. ਸੱਤ ਐਸੇ ਪਿੱਛੇ ਗੁਰੂ ਸਾਹਿਬ ਨੇ ਕਿਹਾ ਤਾਂ ਸੱਤ ਸੰਗਤ ਮਿਲੇ ਸੋ ਤਰਿਆ. ਕਹਿੰਦੇ ਤਰਨਾ ਹੈ ਇਹ ਭਵ ਸਾਗਰ ਜਿਹੜਾ ਵੈ, ਅਗਰ ਤੂੰ ਤਰਨਾ ਵੈ ਤੇ ਤੂੰ ਸੰਗਤ ਦੇ ਵਿੱਚ ਆ. ਕਿਹੜੀ ਸੰਗਤ ਦੇ ਵਿੱਚ? ਭਾਈ ਸਾਹਿਬ ਨੇ ਵੀ ਜ਼ਿਕਰ ਕੀਤਾ ਸੀਗਾ ਪਹਿਲਾਂ, ਸੱਤ ਸੰਗਤ ਐਸੀ ਜਾਣੀਏ ਜਿੱਥੇ ਏਕੋ ਨਾਮ ਵਿਖਾਣੀ. ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ. ਜਿਹੜਾ ਨਾਮ ਹੈ ਕੈਨੋਟ ਬੀ ਗਿਵਨ ਬਾਈ ਐਨੀ ਪਰਸਨ. ਸੱਚ ਅ ਬਿਊਟੀਫੁਲ ਥਿੰਗ ਇਨ ਸਿੱਖੀ. ਕੋਈ ਬਾਬਾ ਨਾਮ ਨਹੀਂ ਦੇ ਸਕਦਾ, ਕੋਈ ਵੀ ਤੁਹਾਨੂੰ ਨਾਮ ਨਹੀਂ ਦੇ ਸਕਦਾ, ਸਿਰਫ ਵਾਹਿਗੁਰੂ ਆਪ ਹੀ ਦਿੰਦੇ. ਇਸੇ ਪਿੱਛੇ ਜਦੋਂ ਵੀ ਅਸੀਂ ਬੈਠਣਾ ਵੈ ਤ੍ਰੈਗੁਣ ਦੇ ਵਿੱਚ, ਜਦੋਂ ਜਿਹੜਾ ਗੁਰਮੰਤਰ ਨੂੰ ਅਸੀਂ ਤ੍ਰੈਗੁਣ ਦੇ ਵਿੱਚ ਮਾਇਆ ਦੇ ਵਿੱਚ ਅਸੀਂ ਗੁਰਮੰਤਰ ਨੂੰ ਨਾਮ ਕਹਿੰਦੇ ਹਾਂ, ਜਦੋਂ ਉਹਨੂੰ ਜਪਣਾ ਵੈ ਉਸ ਤੋਂ ਪਹਿਲਾਂ ਅਸੀਂ ਅਰਦਾਸ ਕਰਨੀ ਹੈ. ਵੈਨ ਐਵਰ ਵੀ ਹੈਵ ਟੂ ਸਿੱਟ ਐਂਡ ਸਟੈਂਡ ਵੀ ਹੈਵ ਟੂ ਡੂ ਅਰਦਾਸ. ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਕੇ ਕਿਆ ਲਾਗੇ ਹੈ ਮੇਰਾ. ਆਪਣੇ ਆਪ ਨੂੰ ਪਹਿਲਾਂ ਅਸੀਂ ਦੱਸਣਾ ਕਿ ਜਿਹੜੀ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਆ ਉਹ ਮੈਂ ਵੈ. ਮੈਂ ਮੇਰੀ ਹੀ ਪ੍ਰੋਬਲਮ ਹੈ, ਹੋਮੇ ਹੀ ਪ੍ਰੋਬਲਮ ਹੈ, ਮਾਇਆ ਹੀ ਪ੍ਰੋਬਲਮ ਹੈ. ਐਸੇ ਪਿੱਛੇ ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਬਸੇ ਇੱਕ ਥਾਂ. ਜਾਂ ਮਾਇਆ ਹੋਏਗੀ ਜਾਂ ਸਾਡੇ ਵਿਚਾਰ ਹੋਣਗੇ, ਹੋਮੇ ਹੋਏਗੀ, ਪੰਜ ਦੂਤ ਹੋਣਗੇ ਜਾਂ ਨਾਮ ਹੋਏਗਾ. ਬੋਥ ਆਫ ਦੀਸ ਥਿੰਗਸ ਕੈਨੋਟ ਬੀ ਟੂਗੈਦਰ. ਈਦਰ ਆਈ ਹੈਵ ਅ ਈਗੋ ਔਰ ਆਈ ਹੈਵ ਅ ਲਵ ਫੋਰ ਵਾਹਿਗੁਰੂ. ਇਫ ਆਈ ਹੈਵ ਅ ਲਵ ਫੋਰ ਵਾਹਿਗੁਰੂ ਦੈਨ ਵੱਟ ਡੂ ਆਈ ਸੀ ਇਨ ਅਦਰਸ? ਸਭ ਮੈਂ ਜੋਤ, ਜੋਤ ਹੈ ਸੋਈ, ਤਿਸਦੇ ਚਾਨਣ ਸਭ ਮੈਂ ਚਾਨਣ ਹੋਈ. ਦੈਨ ਨੋ ਬਡੀ ਇਜ਼ ਛੋਟਾ, ਨੋ ਬਡੀ ਇਜ਼ ਵੱਡਾ. ਦੇਰ ਇਜ਼ ਨੋ ਜਾਤ ਪਾਤ, ਦੇਰ ਇਜ਼ ਨੋ ਪਾਪਾ, ਦੇਰ ਇਜ਼ ਨੋ ਜੱਟ, ਦੇਰ ਇਜ਼ ਨੋ ਰਾਮਗੜੀਆ. ਕਿਉਂਕਿ ਫਿਰ ਜਾਤ ਪਾਤਾਂ 'ਤੇ ਚੱਕਰ ਹੀ ਨਹੀਂ ਰਿਹਾ. ਜਦੋਂ ਆਪਾਂ ਜਾਤਾਂ ਪਾਤਾਂ ਦੇ ਵਿੱਚ ਪੈਂਦੇ ਹਾਂ, ਵੈਨ ਵੀ ਸੇ ਕਾਸਟਿਜ਼ਮ, ਈਵਨ ਗੁਰੂ ਸਾਹਿਬ ਵੈਂਟ ਬਿਯੋਂਡ ਦੈਟ. ਦੇਰ ਇਜ਼ ਨੋ ਹਿੰਦੂ, ਦੇਰ ਇਜ਼ ਨੋ ਮੁਸਲਿਮ. ਜਾਤਾਂ ਪਾਤਾਂ ਦੇ ਵਿੱਚ, ਰਿਲੀਜਨ ਦੇ ਨਾਲ ਡਿਫਰੈਂਸ਼ੀਏਸ਼ਨ ਦੇ ਵਿੱਚ ਆਪਾਂ ਪੈਂਦੇ ਹੀ ਤਾਂ ਵਾਂ ਜਦੋਂ ਸਾਡੇ 'ਚ ਹੋਮੇ ਹੁੰਦੀ ਹੈ. ਦੈਨ ਵੈਨ ਵੀ ਥਿੰਕ ਦੈਟ ਆਈ ਐਮ ਬੈਟਰ ਦੈਨ ਅਦਰਸ. ਗੁਰਬਾਣੀ 'ਚ ਕੀ ਆਉਂਦਾ? ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜੈ, ਕੌਣ ਭਲੇ ਕੌਣ ਮੰਦੇ. ਅਗਰ ਇੱਕੋ ਹੀ ਨੂਰ ਤੋਂ, ਇੱਕੋ ਹੀ ਨਾਮ ਤੋਂ ਸਾਰਾ ਕੁਛ ਪੈਦਾ ਕੀਤਾ, ਵਿਦ ਵਨ ਨਾਮ, ਵਿਦ ਵਨ ਲਾਈਟ, ਵਿਦ ਵਨ ਨੂਰ, ਵਾਹਿਗੁਰੂ ਅੱਲਾ ਰਾਮ ਹਰ ਹਰ, ਇਫ ਹੀ ਕ੍ਰੀਏਟਿਡ ਦਿਸ ਵਾਹਿਗੁਰੂ, this whole world, who is good, who is bad, which human is good, which human is bad, who are we to decide? It is our thoughts. ਜਦੋਂ ਸਾਡੇ ਮਨ ਦੇ ਵਿੱਚ ਸਾਡੇ ਨਫ਼ਰਤ ਦੇ ਥੋਟਸ ਨੇ, ਪੰਜ ਚੋਰ ਜਿਹੜੇ ਹੈ, ਪੰਜ ਚੋਰ, ਛਿਤਵੇ ਵਿਕਾਰਾ, ਮਾਇਆ ਮੋਕਾ, ਇਹ ਪਸਾਰਾ. ਫਾਈਵ ਥੀਵਸ ਆਰ ਟੈਲਿੰਗ ਅਸ, ਓ ਦਿਸ ਗਾਏ ਇਜ਼ ਬੈਡ, ਆਈ ਐਮ ਬੈਟਰ ਦੈਨ ਅਦਰਸ. ਵਾਈ ਡੋਂਟ ਵੀ ਲੀਵ ਦੈਟ ਟੂ ਵਾਹਿਗੁਰੂ? ਅਸੀਂ ਤਾਂ ਗੱਲ ਕਰ ਸਕਦੇ ਹਾਂ ਅਗਰ ਸਾਡਾ ਮਨ ਸਾਡੇ ਵੱਸ ਵਿੱਚ ਹੈ. ਮਨ ਜੀਤ ਜਗ ਜੀਤ. ਅਤੇ ਦੂਸਰੇ ਪਾਸੇ ਮਹਾਰਾਜ ਨੇ ਕੀ ਕਹਿਤਾ? ਮਨ ਵੱਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ. ਮਾਇੰਡ ਕੈਨ ਓਨਲੀ ਕਮ ਇਨ ਆਰ ਕੰਟਰੋਲ ਇਫ ਦੇਰ ਇਜ਼ ਅ ਪੂਰਨ ਕਿਰਪਾ ਆਫ ਵਾਹਿਗੁਰੂ.
That's why whenever we come to the Sangat, we have to do the Ardas Binti. That ke mera man lagge, tu mainu simran karwa, apni preet lwa. Mere vasch kuch nahi hai. I cannot do anything on my own. Help me, Vaheguru, so that I can love you, so that I can chant your name, so that I can come out of the slavery of these five thieves. These five thieves have trapped me. Kaidiyan nu assi kadi dekhya jail de vich, they are given a small room, that's not even a room, and they are doing everything there for whole life. They have to stay there. The more bigger crime you have done, the bigger time you spend out there in the small room in the jail. That's the same thing. The more thoughts we take, the more time we spend with these five dudes. We are slave. Assi azadi diyan gallan karde ha. Our mind is not azad. Our mind is slaved. Te jadon man sada slave hai, te oda end ki hoega? Last moment te assi jehda thought lavange, oh joon de vich appa chale jaawange. So jinde ji, while being alive, let's recognize ourselves who actually we are. We are not these five dudes. Dubara assi sun lenne ha, Guru Sahib nu puch lenne ha, Guru Sahib ki technique hai jide naal main azadi le sakda eh panch choran ton, eh mera jehda man sutta hoya hai mainu kis tarah jaga sakda? How can I wake up this mind? The technique is very simple. It is in Gurbani. Multiple times Guru Sahib has told us, gaviye suniye man rakhiye pao. Sarvani, sarvan kinu kende hai? Sarvan is our ears, the kan. Sarvani suniye rasna gaiye hirde te aiye soi. And when our mind is going in thoughts, let's bring our mind back. No lok lajja. Don't think about others when you chant loud what other people are thinking. No, that is also a thought. Just concentrate on simran, on chanting and listening. The mind should be at two places, either on your tongue or in your ears, not at any third place. That's why if your body is paining, sit in a way, get relaxed, sit maybe near the wall, that it doesn't pain you. Otherwise your mind will go to other parts of the body. The whole purpose is to get out of this tragun, to get out of these thoughts. Tragun mete chauthe varte iha pagat nilali. Kende pagti ohi hai jadon assi eh tragun nu mete dange, sanu apne sharir di sudh budh jehdi hai oh khatam ho jayegi, assi chauthe pad de vich vichrange. And chauthe pad de vich ki hai? Utthe Vaheguru ji ne chauthe pad vich jadon assi vichrange, te utthe sanu sara kuch same nazar aayega. We will see everybody equal. But before we go there, we need to kill our thoughts. Jinde ji assi apne furne maar daiye, let's kill our thoughts. Again, dobara sun lo, wahe kehna hai sunna hai, guru kehna hai sunna hai. Man agar furneya de vich thoughts de vich janda hai, bring your mind back. Very important is to listen. Sunya hai dukh paap ka nas. If you want to be happy, if you want to remove this sadness, listen. Listen whom? Listen, first listening is to your own voice. Tun mein dhyan, dhyan mein janya, gurumukh kath kahani. Apni awaz nu aap sunna. Aao ji, let's do the practical. Vahe kehna hai sunna, guru kehna hai sunna, fir us to baad assi next stage di gal karange, next level di gal karange. Agar guru sahib ne ijazat ditti te. Vaheguru, 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 Vaheguru,
Vaheguru, Vaheguru, Vaheguru, Vaheguru, Vaheguru, sorry, Guru, Vaheguru, 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 Vaheguru,
Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, You guys must have seen कि पहला आपा सहज विच थोड़ी स्पीड दे विच कट स्पीड दे विच सिमरन करते हैं कभी आपा ज्यादा स्पीड दे विच करते हैं देयर इज अ रीजन फॉर एवरीथिंग गुरबाणी गुरु कहंदे कहंदे कूटन सोजो मन को कूटे मन कूटे ता जमते छूटे कुट कुट मन कसवटी ना जेड़ा बच्चा अगर कोई सुत्ता हो If there is a small child or if somebody adult also, somebody is sleeping in a deep sleep, ਉਹਨੂੰ ਤੁਸੀਂ ਜਗਾਉਣਾ ਹੋਵੇ ਤਾਂ ਕਿਸ ਤਰ੍ਹਾਂ ਜਗਾਓਗੇ ਉਹਨੂੰ ਹੌਲੀ ਹੌਲੀ ਕਰਕੇ ਜਗਾਓਗੇ ਉਹ ਉੱਠੇਗਾ ਅਤੇ ਉਹ ਉੱਠ ਜਾ ਉੱਠੇਗਾ ਉਹਨੂੰ ਤੇਜ਼ ਨਾਲ ਆਵਾਜ਼ ਤੁਸੀਂ ਜ਼ੋਰ ਦੀ ਆਵਾਜ਼ ਇਫ ਯੂ ਵਿਲ ਯੈਲ ਐਟ ਦੈਟ ਪਰਸਨ ਦੈਨ ਐਨਲੀ ਦੈਟ ਪਰਸਨ ਇਜ਼ ਗੋਇੰਗ ਟੂ ਵੇਕ ਅਪ ਸਿਮਿਲਰਲੀ ਅਰ ਮਾਇੰਡ ਇਜ਼ ਸਲੀਪਿੰਗ ਫਰੋਮ ਜੁਗਸ ਚੌਥਾ ਯੁੱਗ ਆ ਗਿਆ ਚਾਰ ਜੁਗਾਂ ਤੋਂ ਸਾਡਾ ਮਨ ਸੁੱਤਾ ਹੈ ਵੀ ਡੋਂਟ ਨੋ ਫਰੋਮ ਹਾਊ ਮੈਨੀ ਟਾਈਮਸ ਵੀ ਕੇਮ ਹਾਊ ਮੈਨੀ ਟਾਈਮਸ ਵੀ ਵੈਂਟ ਬੈਕ ਕਿਹੜੀ ਕਿਹੜੀ 84 ਲੱਖ ਜੂਨਾਂ ਦੇ ਵਿੱਚੋਂ ਆਪਾਂ ਨਿਕਲ ਕੇ ਆਏ ਹਾਂ ਕੁਛ ਨਹੀਂ ਪਤਾ ਸਾਨੂੰ ਮਨ ਸਾਡਾ ਸੁੱਤਾ ਹੋਇਆ ਐਂਡ ਸਟਿਲ ਵੀ ਆਰ ਟੇਕਿੰਗ ਥੋਟਸ ਸਟਿਲ ਵੀ ਆਰ ਵਰਿਡ ਅਬਾਊਟ ਸਮਥਿੰਗ ਵੀ ਆਰ ਆਲਵੇਜ਼ ਟੇਕਿੰਗ ਥੋਟਸ ਅਤੇ ਇਸ ਮਨ ਨੂੰ ਪਹਿਲਾਂ ਜਗਾਉਣ ਵਾਸਤੇ ਖਾਸ ਕਰਕੇ ਸੰਗਤ ਦੇ ਵਿੱਚ ਉੱਚੀ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਇਟਸ ਵੈਰੀ ਇੰਪੋਰਟੈਂਟ that we do loud simran in the sangat so that our mind can wake up because our mind is sleeping from the various yugas from various ages we don't know how many births we have taken in the past we don't know so we have to wake up our mind eh holi holi jadon sada mann jaagna shuru kar denda assi sahaj vich jana shuru kar denda and that spring to the next stage nu sahaj di stage kehnde ha basically ਜਿਸ ਤਰ੍ਹਾਂ ਭਾਈ ਸਾਹਿਬ ਨੇ ਪਹਿਲਾਂ ਕਥਿਆ ਦੇ ਵਿੱਚ ਜ਼ਿਕਰ ਕੀਤਾ ਸੀ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਭ੍ਰਮਣ ਹੁਣ ਉਹ ਨਾਮ ਕਿਹੜਾ ਹੈ ਅਤੇ ਜਿਹੜਾ ਅਸੀਂ ਨਾਮ ਜਪਦੇ ਪਏ ਹਾਂ ਉਹ ਕਿਹੜਾ ਵਟ ਇਜ਼ ਦਾ ਡਿਫਰੈਂਸ ਬਿਟਵੀਨ ਦ ਟੂ ਵਟ ਇਜ਼ ਦਾ ਡਿਫਰੈਂਸ ਬਿਟਵੀਨ ਦ ਨਾਮ ਵਿਚ ਵੀ ਆਰ ਚੈਂਟਿੰਗ ਐਂਡ ਦ ਨਾਮ ਵਿਚ ਇਜ਼ ਮੈਂਸ਼ਨਡ ਇਨ ਦਿਸ ਬੁੱਕ ਦੇਅਰ ਆਰ ਟੂ ਨਾਮਸ ਬੇਸਿਕਲੀ ਇੱਕੋ ਹੀ ਹੈ ਇਟਸ ਓਨਲੀ ਵਨ ਤ੍ਰੈ ਗੁਣ ਦੇ ਵਿੱਚ ਇਨ ਦਿਸ ਵਰਲਡ ਦੈਟ ਨਾਮ ਇਜ਼ ਅ ਗੁਰਮੰਤਰ ਜਿਹਨੂੰ ਅਸੀਂ ਨਾਮ ਜਪਣ ਦੀ ਗੱਲ ਕਹਿੰਦੇ ਜਿਹੜੇ ਸਾਨੂੰ ਪੰਜ ਪਿਆਰੇ ਗੁਰਮੰਤਰ ਦਾ ਦਿੰਦੇ ਆ ਵਾਹਿਗੁਰੂ ਬਾਕੀ ਧਰਮਾਂ ਦੇ ਵਿੱਚ ਇਨ ਅਦਰ ਰਿਲੀਜੀਅਨਸ ਇਟ ਕੈਨ ਬੀ ਅੱਲਾਹੂ ਔਰ ਰਾਮ ਰਾਮ ਔਰ ਹਰ ਹਰ ਫੋਰ ਅਸ ਗੁਰੂ ਗੋਬਿੰਦ ਸਿੰਘ ਜੀ ਗੇਵ ਅਸ ਵਾਹਿਗੁਰੂ ਗੁਰਮੰਤਰ ਦਿਸ ਇਜ਼ ਦ ਸੇਮ ਗੁਰਮੰਤਰ ਵਿਚ ਇਜ਼ ਗੋਇੰਗ ਟੂ ਕਿਲ ਆਰ ਥੋਟਸ ਅਗਰ ਅਸੀਂ ਇਹ ਗੁਰਬਾਣੀ ਗੁਰੂ ਕੋਲੋਂ ਪੁੱਛ ਕੇ ਜਪਾਂਗੇ ਅਗਰ ਅਸੀਂ ਆਪਣੇ ਮਨ ਦੇ ਨਾਲ ਦੁਆਰਾ ਜਪਾਂਗੇ ਕੁਛ ਵੀ ਬੋਲੀ ਜਾ ਰਹੇ ਹਾਂ ਵਾਹਿਗੁਰੂ 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 ਅਤੇ ਮਨ ਸਾਡਾ ਕਿਤੇ ਹੋ ਰਿਹਾ ਅਸੀਂ ਵਾਹਿਗੁਰੂ ਵਾਹਿਗੁਰੂ ਜਪ ਰਹੇ ਹਾਂ ਕੋਈ ਅਸਰ ਨਹੀਂ ਹੋਣਾ ਸਾਰੀ ਉਮਰ ਲੱਗੇ ਰਹੀਏ ਕੋਈ ਅਸਰ ਨਹੀਂ ਹੋਣਾ ਇਸ ਪਿੱਛੇ ਸੁਣ ਸੁਣ ਕੇ ਜਦੋਂ ਉਹਨੂੰ ਸੁਣਾਂਗੇ ਜਦੋਂ ਸਾਡੀ ਮੈਲ ਧੋਤੀ ਜਾਏਗੀ ਫਿਰ ਅਸੀਂ ਉਸ ਨਾਮ ਤੱਕ ਪਹੁੰਚਣਾ ਹੈ ਜਿਹੜਾ ਨਾਮ ਉਹ ਮਾਲਕ ਦੇ ਮੁੱਖ ਦੀ ਆਵਾਜ਼ ਹੈ ਜਦੋਂ ਗੁਰਬਾਣੀ ਦੇ ਵਿੱਚ ਕਹਿ ਦਿੱਤਾ ਗਿਆ ਗੋਬਿੰਦ 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 ਕਰੇ ਦਿਨ ਰਾਤੀ ਗੋਬਿੰਦ ਸ਼ਬਦ ਸੁਣਾਵਣੇ ਉਹ ਗੁਰੂ ਸ਼ਬਦ ਦਾ ਜਿਹੜਾ ਗੁਰ ਸ਼ਬਦ ਹੈ ਨਾ ਜਾਪ ਕਰਕੇ ਅਸੀਂ ਸ਼ਬਦ ਤੱਕ ਪਹੁੰਚਣਾ ਜਿਹਨੂੰ ਅਨਹਦ ਸ਼ਬਦ ਅਨਹਦ ਬਾਣੀ ਵੀ ਕਿਹਾ ਜਾਂਦਾ
When we will kill our thoughts and when we go in the sahaj state, then we will reach to that anhar shabad, sahaj dhun. Usi taiyon utho tak si panch shabad jinu kehnde panch shabad di gal jadon aundi hai. Lekin ode vaste the first thing is we have to do the simran so that we can able the jukti by listening. Second stage de vich apan ki karna hai, ਆਪਾਂ ਸਹਿਜ ਵਿੱਚ ਚਲੇ ਜਾਂਦੇ ਹਾਂ, ਜਿਹਨੂੰ ਆਪਾਂ ਸਵਾਸ ਸਵਾਸ ਸਿਮਰਨ ਕਰਨ ਕਹਿੰਦੇ ਹਾਂ. ਇਸ ਤਰ੍ਹਾਂ ਆਪਾਂ ਕਰਦੇ ਹਾਂ, ਦੈਟ ਇਜ਼ ਅ ਸੈਕਿੰਡ ਸਟੇਜ, ਜਦੋਂ ਸਾਡੇ ਮਨ ਦੇ ਵਿਚਾਰ ਘੱਟ ਜਾਂਦੇ ਆ, ਵੀ ਗੋ ਸਵਾਸ ਸਵਾਸ ਸਿਮਰਨ. ਥਰਡ ਸਟੇਜ ਇਜ਼ ਵੀ ਡੋਂਟ ਹੈਵ ਟੂ, ਅਸੀਂ ਚੈਂਟ ਕਰਦੇ ਹਾਂ, ਅੰਤਰਗਤ ਸਿਮਰਨ ਕਰਦੇ ਹਾਂ. ਉਹਨੂੰ ਸਾਡੀ ਰਸਨਾ ਹਿਲਦੀ ਹੁੰਦੀ ਹੈ, ਆ ਟੰਗ ਇਜ਼ ਮੂਵਿੰਗ ਇਨਸਾਈਡ, ਬਟ ਦ ਪਰਸਨ ਸਿਟਿੰਗ ਨੈਕਸਟ ਟੂ ਅਸ, they don't know whether we are chanting or not. Lekin us stage tak pahunchan waste sanu saas giras simran karna paina, taiyo apa antargat de vich jaawange. Phir saadi sari body all the time it is only praising Vaheguru, that is the antargat simran. Antargat simran to baad jithe assi jaana hai, jinnu apa sun samad kehne aa, satgur te paaye vichara sun samad sacche ghar bara. ਜਿਹੜੇ ਆਪਾਂ ਸਟੇਜ ਦੇ ਦ ਨੈਕਸਟ ਸਟੇਜ ਵਿੱਚ ਸੁਣ ਔਰ ਸਮਾਧੀ, ਦੈਟ ਵੀ ਗੋ ਜਦੋਂ ਆਪਾਂ ਇਹ ਗਿਆਨ ਇੰਦਰੀਆਂ ਨੂੰ ਛੱਡ ਦਿੰਦੇ ਹਾਂ, ਉੱਥੇ ਵਾਹਿਗੁਰੂ ਗੁਰਮੰਤਰ ਵੀ ਨਹੀਂ ਰਹਿੰਦਾ. ਉੱਥੇ ਜਾ ਕੇ ਸੁਣ ਦੇ ਵਿੱਚ ਜਾ ਕੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਅਤੇ ਆਪਣਾ ਸ਼ਬਦ ਸਾਨੂੰ ਸੁਣਾਉਂਦੇ ਨੇ. ਦੈਟਸ ਦ ਬਰੀਫ ਐਸਪੈਕਟ. ਆਪਾਂ ਅੱਗੇ ਨੈਕਸਟ ਸੈਸ਼ਨ ਦੇ ਵਿੱਚ ਆਪਾਂ ਇਹਦੇ ਅੱਗੇ ਚੱਲਾਂਗੇ, ਬਟ ਪਹਿਲੀ ਸਟੇਜ ਆਪਾਂ ਪ੍ਰਪੱਕ ਕਰਨੀ ਹੈ. ਈਵਨ ਵੈਨ ਵੀ ਆਰ ਐਟ ਹੋਮ ਵੀ ਹੈਵ ਟੂ ਚੈਂਟ ਐਂਡ ਵੀ ਹੈਵ ਟੂ ਲਿਸਨ, ਬਟ ਵਿਦ ਦ ਗਿਆਨ ਆਫ ਗੁਰੂ ਗ੍ਰੰਥ ਸਾਹਿਬ ਜੀ. ਆਪਣੇ ਆਪ ਨਹੀਂ, ਆਪਣੇ ਮਨ ਦੇ ਨਾਲ ਸਾਸ ਗਿਰਾਸ ਸਿਮਰਨ ਜਿਹੜਾ ਆਪਾਂ ਡਿਸਕਸ ਕੀਤਾ, ਕਿਵੇਂ ਕਰਨਾ? ਆਓ, ਸਾਡੇ ਕੋਲ ਸਿਰਫ 5 ਮਿੰਟ ਹੋਰ ਨੇ, ਵੀ ਓਨਲੀ ਹੈਵ 5 ਮਿੰਟਸ. ਲੈਟਸ ਡੂ ਅ ਪ੍ਰੈਕਟਿਸ ਆਫ 5 ਮਿੰਟਸ ਸਾਸ ਗਿਰਾ ਸਿਮਰਨ, ਐਂਡ ਮੇਕ ਸ਼ੋਰ ਵੀ ਡੋਂਟ ਓਪਨ ਆਰ ਆਈਜ਼ ਐਂਡ ਵੀ ਲਿਸਨ ਟੂ ਆਰ ਓਨ ਵੋਇਸ. ਗੁਰਬਾਣੀ ਪੜ੍ਹਨ ਦੀ ਵੀ ਇਹੀ ਵਿਧੀ ਹੈ. ਈਵਨ ਵੈਨ ਵੀ ਰੀਡ ਗੁਰਬਾਣੀ, ਇਟਸ ਅ ਸੇਮ ਟੈਕਨੀਕ. ਵੈਨ ਵੀ ਆਰ ਰੀਡਿੰਗ ਗੁਰਬਾਣੀ ਵੀ ਨੀਡ ਟੂ ਲਿਸਨ, ਬਟ ਇਫ ਯੂ ਆਰ ਜਸਟ ਰੀਡਿੰਗ ਇਟ, ਵੇਅਰ ਇਜ਼ ਇਟ ਗੋਇੰਗ? ਪੜ੍ਹੀ ਜਾਂਦੇ ਹਾਂ, ਸੁਣਦੇ ਹੀ ਨਹੀਂ ਪਏ. ਫਿਰ ਭਾਵੇਂ ਅਸੀਂ 50 ਪਾਠ ਕਰ ਲਈਏ, 100 ਪਾਠ ਕਰ ਲਈਏ, ਮਨ ਤੇ ਆਪਾਂ ਨਿਰਮਲ ਕਰ ਹੀ ਨਹੀਂ ਰਹੇ ਆਪਣਾ. ਈਵਨ ਵੈਨ ਵੀ ਰੀਡ ਦ ਗੁਰਬਾਣੀ, ਅਕਸਰ ਸੰਗਤ ਦੇ ਵਿੱਚ ਇਹ ਕੁਸ਼ਚਨ ਹੁੰਦੇ ਹੈ ਕਿ ਸਾਡਾ ਮਨ ਨਹੀਂ ਟਿਕਦਾ. ਮਨ ਇਸ ਕਰਕੇ ਨਹੀਂ ਟਿਕਦਾ ਕਿਉਂਕਿ ਅਸੀਂ ਆਪਣੀ ਆਵਾਜ਼ ਨੂੰ ਆਪ ਸੁਣਦੇ ਹੀ ਨਹੀਂ. ਅਗਰ ਅਸੀਂ ਗੁਰਬਾਣੀ ਦਾ ਕੀਰਤਨ ਵੀ ਲਗਾ ਰਹੇ ਹਾਂ, ਕੀਰਤਨ ਚੱਲ ਵੀ ਰਿਹਾ ਵੈ, ਸਾਡਾ ਧਿਆਨ ਬਾਹਰ ਹੈ ਜਾਂ ਕਿਤੇ ਹੋਰ ਹੈ, ਕੀਰਤਨ ਅਸੀਂ ਸੁਣ ਹੀ ਨਹੀਂ ਰਹੇ. ਕੀਰਤਨ ਹੋਵੇ, ਗੁਰਬਾਣੀ ਹੋਵੇ, ਜਾਂ ਨਾਮ ਜਪਣਾ ਹੋਵੇ, ਟਿਲ ਦ ਟਾਈਮ ਯੂ ਵਿਲ ਨੋਟ ਲਿਸਨ ਟੂ ਯੂਰ ਓਨ ਵੋਇਸ, ਇਟਸ ਨੋਟ ਗੋਇੰਗ ਟੂ ਬੀ ਐਨੀ ਗਿਵ ਯੂ ਐਨੀ ਬੈਨੀਫਿਟ. ਇਟਸ ਮੇਅਰ ਅ ਰਿਚੁਅਲ. ਫਿਰ ਉਹ ਚੀਜ਼ ਦਾ ਆਪਾਂ ਇੱਕ ਰਿਚੁਅਲ ਬਣਾ ਦਿੰਦੇ ਹਾਂ. ਇੰਨੇ ਅਖੰਡ ਪਾਠ ਹੁੰਦੇ ਆ, ਮੈਨੂੰ ਤਾਂ ਪਤਾ ਵੀ ਨਹੀਂ ਕਿਹੜੇ ਕਿਹੜੇ ਨਵੇਂ ਨਵੇਂ ਨਾਮ ਵੀ ਮੈਂ ਅੱਜ ਕੱਲ੍ਹ ਸੁਣਦਾ ਵਾਂ, ਪਤਾ ਨਹੀਂ ਕਿਹੜੇ ਕਿਹੜੇ ਪਾਠ ਨੂੰ ਸੁਣਦਾ, ਕਿਹੜੇ ਨਾਮ ਹੁੰਦੇ ਪਤਾ ਨਹੀਂ ਵੱਖੋ. ਬਟ ਵਟ ਇਜ਼ ਦ ਬੈਨੀਫਿਟ ਆਫ ਦੀਜ਼ ਪਾਠਸ? ਇਸੇ ਪਿੱਛੇ ਸਾਨੂੰ ਇੱਕ ਸਹਿਜ ਪਾਠ ਦਾ ਕਿ ਐਵਰੀ ਗੁਰਸਿੱਖ ਸ਼ੁਡ ਰੀਡ ਮੇ ਬੀ ਵਨ ਪੇਜ. ਡੋਂਟ ਮੇਕ ਇਟ ਅ ਰਿਚੁਅਲ ਦੈਟ ਯੂ ਹੈਵ ਟੂ ਡੂ ਅ ਭੋਗ ਇਨ ਵਨ ਈਅਰ. ਲਿਸਨ ਟੂ ਇਟ, ਰੀਡ ਇਟ, ਡੂ ਅ ਵਿਚਾਰ ਆਫ ਇਟ, ਅੰਡਰਸਟੈਂਡ ਇਟ ਐਂਡ ਅਪਲਾਈ ਇਨ ਯੂਰ ਲਾਈਫ, ਦੈਟ ਇਜ਼ ਮੋਰ ਇੰਪੋਰਟੈਂਟ. ਨੋਟ ਬਾਈ ਜਸਟ ਲਿਸਨਿੰਗ ਐਂਡ ਰੀਡਿੰਗ, ਆਲਸੋ ਅਪਲਾਈ. ਅਗਰ ਮਾਲਕ ਕਹਿੰਦੇ ਪਏ ਗੁਰਬਾਣੀ ਦੇ ਵਿੱਚ, ਨਿੰਦਾ ਭਲੀ ਕਿਸੇ ਕੀ ਨਾਹੀਂ ਮਨਮੁਖ ਮੁਕਤ ਕਰਨ, ਐਂਡ ਇਫ ਦ ਗੁਰਮੁਖਸ ਵੇਅਰਿੰਗ ਦ ਗਾਤਰਾ ਐਂਡ ਐਵਰੀਥਿੰਗ, ਦੇ ਆਰ ਡੂਇੰਗ ਨਿੰਦਿਆ ਚੁਗਲੀ ਆਫ ਪੀਪਲ, ਦੈਨ ਆਰ ਵੀ ਗੁਰਮੁਖਸ? ਐਸ ਪਰ ਗੁਰਬਾਣੀ, ਨੋ, ਵੀ ਆਰ ਨੋਟ, ਵੀ ਆਰ ਮਨਮੁਖਸ. ਸੋ ਆਪਣੀ ਜੀਵਨ ਜਾਂਚ ਜਿਹੜੀ ਹੈ ਉਹਨੂੰ ਆਪਾਂ ਠੀਕ ਕਰਨਾ, ਵੀ ਹੈਵ ਟੂ ਅਪਲਾਈ ਇਨ ਆਰ ਲਾਈਫ. ਸੋ ਗਿਆਨ ਐਂਡ ਧਿਆਨ ਗੋਜ਼ ਇਨ ਪੈਰਲਲ. ਗਿਆਨ ਫਰੋਮ ਗੁਰੂ ਗ੍ਰੰਥ ਸਾਹਿਬ ਜੀ ਐਂਡ ਧਿਆਨ ਮੈਂਸ਼ਨਡ ਇਨ ਗੁਰਬਾਣੀ. ਆਓ, 2-3 ਮਿੰਟ ਹੀ ਰਹਿ ਗਏ. ਵਾਹਿ ਕਹਿਣਾ ਸੁਣਨਾ, ਗੁਰੂ ਕਹਿਣਾ ਸੁਣਨਾ, ਪਿਆਰ ਦੇ ਨਾਲ. ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ,
Vaheguru, 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 ਬਾਣੀ ਦਾ ਵਿਚਾਰ ਕਰਦਿਆਂ ਸਿਮਰਨ ਕਰਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਆਪ ਜੀ ਸੰਗਤ ਜੀ ਬਖਸ਼ਣਯੋਗ ਹੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋਰਮਲੀ ਆਈ ਲੀਵ ਅਰਲੀ ਬਿਕੋਜ਼ ਸੇਵਾ ਹੁੰਦੀ ਹੈ ਫਰੀਮੰਟ ਖਾਲਸਾ ਸਕੂਲ ਦੇ ਵਿੱਚ ਬਟ ਆਈ ਐਮ ਸਟੇਇੰਗ ਹੇਅਰ ਟੂਡੇ ਮੈਨੂੰ ਪਿਛਲੀ ਵਾਰੀ ਕੰਪਲੇਂਟ ਮਿਲੀ ਸੀਗੀ ਕਿ ਆਈ ਡੋਂਟ ਸਟੇ ਫੋਰ ਦਾ ਸੰਗਤਸ ਕੁਸ਼ਚਨ ਐਂਡ ਆਨਸਰ ਸੋ ਆਈ ਐਮ ਗੋਇੰਗ ਟੂ ਬੀ ਹੇਅਰ ਫੋਰ ਐਨੀ ਕੁਸ਼ਚਨਸ ਰਿਲੇਟਡ ਟੂ ਦਾ ਸਿਮਰਨ ਔਰ ਗੁਰਬਾਣੀ ਯੂ ਹੈਵ ਫਰੋਮ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਦ ਬੈਸਟ ਆਫ ਓਟ ਆਸਰ ਆਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਆਈ ਆਨਸਰ ਦੈਟ ਭੁੱਲਾਂ ਚੁੱਕਾਂ ਦੀ ਖਿਮਾ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।